100 ਸਾਲ ਤੋਂ ਉੱਪਰ ਹੋ ਗਏ ਨੇ ਸਾਨੂੰ ਇਹਨਾਂ ਮੁਲਕਾਂ 'ਚ ਆਉਣ। ਅੱਜ ਕਿੱਥੇ ਖੜ੍ਹਾ ਸਮਾਜ ਪੰਜਾਬੀ ਭਾਈਚਾਰੇ ਦਾ ਅਕਸ? ਕਿਉਂ ਅੱਜ ਵੀ ਸੱਤ ਸਮੁੰਦਰਾਂ ਤੋਂ ਪਾਰ ਵਾਪਰਦੀ ਹਰ ਘਟਨਾ ਪ੍ਰਵਾਸੀਆਂ ਨੂੰ ਖੁਸ਼, ਉਦਾਸ ਜਾਂ ਫਿਕਰਮੰਦ ਕਰ ਦਿੰਦੀ ਹੈ? ਕਿੰਨੀਆਂ ਕੁ ਇਮਾਨਦਾਰ ਨੇ ਸਾਡੀਆਂ ਧਾਰਮਿਕ, ਸਮਾਜਿਕ ਔਰ ਸਿਆਸੀ ਕਹਾਉਣ ਵਾਲੀਆਂ ਜਥੇਬੰਦੀਆਂ? ਕਿਹਨਾਂ ਲੋਕਾਂ ਨੇ ਪਾਇਆ ਸਮਾਜ ਅੰਦਰ ਵਡਮੁੱਲਾ ਯੋਗਦਾਨ ਔਰ ਕੀ ਨੇ ਪੰਜਾਬੀ ਭਾਈਚਾਰੇ ਦੀਆਂ ਸਮੱਸਿਆਵਾਂ? ਮੇਰੇ ਵੀ ਕੁਝ ਇਹੋ ਹੀ ਸਵਾਲ ਨੇ। ਆਓ ਆਪਾਂ ਰਲ ਕੇ ਲੱਭਾਂਗੇ ਹੱਲ। ਮੈਂ ਦਿਆਂਗਾ ਤੁਹਾਡੇ ਜਜ਼ਬਾਤਾਂ ਨੂੰ ਜ਼ੁਬਾਨ। ਗਲੋਬਲ ਪੰਜਾਬ ਟੀਵੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਤੁਹਾਡਾ ਹੋਸਟ ਤੇਜਵੀਰ ਸਿੰਘ ਤੋਂ। ਤੁਸੀਂ ਵੇਖਣ ਜਾ ਰਹੇ ਹੋ ਪ੍ਰੋਗਰਾਮ ਡਿਸਕਸ਼ਨ ਪੁਆਇੰਟ, ਵੋਇਸ ਆਫ ਕਮਿਊਨਿਟੀ। ਆਓ ਇਸ ਹਫ਼ਤੇ ਦੇ ਇਸ ਵਿਸ਼ੇ ਦੇ ਉੱਤੇ, ਜਿਸ ਵਿਸ਼ੇ ਦੇ ਉੱਤੇ ਸਾਡੀ ਚਰਚਾ ਹੋਏਗੀ, ਉਸ ਵਿਸ਼ੇ 'ਤੇ ਨਜ਼ਰ ਮਾਰਦੇ ਹਾਂ ਔਰ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਬਾਹਰ ਵਸਦੇ ਸਿੱਖਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਨੇ ਜਦੋਂ ਅਸੀਂ ਬਾਹਰਲੇ ਮੁਲਕਾਂ 'ਚ ਰਹਿੰਦੇ ਹਾਂ, ਪਰ ਇਹਨਾਂ ਮੁਸ਼ਕਲਾਂ 'ਚੋਂ ਸਾਨੂੰ ਵੱਡੀ ਦਰਪੇਸ਼ ਆਉਣ ਵਾਲੀ ਮੁਸ਼ਕਲ ਸਾਡੀ ਜਿਹੜੀ ਹੈ ਉਹ ਹੈ ਨਸਲੀ ਵਿਤਕਰੇ ਦੀ। ਨਸਲੀ ਹਿੰਸਾ ਦੇ ਬਹੁਤ ਸਾਰੇ ਸਿੱਖ ਸ਼ਿਕਾਰ ਹੋ ਜਾਂਦੇ ਆ। ਮਿਸਟੇਕਨ ਆਇਡੈਂਟੀ ਦੇ ਅਸੀਂ ਬਹੁਤ ਸਾਰੇ ਇਸ਼ੂਜ਼ ਇੱਥੇ ਦੇ ਵੇਖੇ ਨੇ, ਸਪੈਸ਼ਲੀ ਨੌਰਥ ਅਮੈਰੀਕਾ ਦੇ ਵਿੱਚੋਂ। ਜੇ ਅਸੀਂ ਦੇਖ ਲਿਆ ਜਾਵੇ USA ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਨੇ ਜਿੱਥੇ ਵੱਖ ਵੱਖ ਸਿੱਖ ਜਿਹੜੇ ਨਸਲੀ ਹਿੰਸਾ ਦੇ ਸ਼ਿਕਾਰ ਵੀ ਹੋਏ ਆ ਔਰ ਨਸਲੀ ਵਿਤਕਰਾ ਕਦੇ ਨਾ ਕਦੇ ਦੇਖਣ ਨੂੰ ਜ਼ਰੂਰ ਮਿਲਦਾ। ਅਸੀਂ ਇਸ ਇਹਨਾਂ ਘਟਨਾਵਾਂ ਨੂੰ ਨਿੰਦਦੇ ਜ਼ਰੂਰ ਹਾਂ, ਇਹਦੀ ਨਿੰਦਾ ਕਰਕੇ ਛੱਡ ਦਿੰਦੇ ਹਾਂ, ਪਰ ਅੱਜ ਅਸੀਂ ਇਸ ਆਪਣੇ ਪ੍ਰੋਗਰਾਮ 'ਚ ਜ਼ਰੂਰ ਚਰਚਾ ਕਰਾਂਗੇ ਵੀ ਇਹ ਜਿਹੜੀਆਂ ਘਟਨਾਵਾਂ ਨਸਲੀ ਹਿੰਸਾ ਦੀਆਂ ਜਾਂ ਨਸਲੀ ਵਿਤਕਰੇ ਦੀਆਂ ਵਾਪਰਦੀਆਂ, ਇਹਨਾਂ ਸੰਬੰਧੀ ਕੀ ਕੀਤਾ ਜਾਣਾ ਚਾਹੀਦਾ। ਹਾਲ ਹੀ ਦੇ ਵਿੱਚ ਬੀਤੇ ਸ਼ੁੱਕਰਵਾਰ ਐਡਮਿੰਟਨ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜੀ। ਐਡਮਿੰਟਨ ਦਾ ਸ਼੍ਰੀ ਗੁਰੂ ਸਿੰਘ ਸਭਾ, ਇਹ ਸਾਊਥ ਐਡਮਿੰਟਨ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਹੈ, ਉੱਥੇ ਇਹ ਨਸਲੀ ਵਿਤਕਰੇ ਦੀ ਘਟਨਾ ਵਾਪਰੀ ਹੈ ਜਿੱਥੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸਪਰੇ ਪੇਂਟ ਦੇ ਨਾਲ ਕੁਝ ਇੱਕ ਗਲਤ ਜਿਹੜੇ ਲਫ਼ਜ਼ ਲਿਖੇ ਗਏ ਨੇ, ਜਿਹਦੀ ਖਬਰ ਵੱਖ ਵੱਖ ਸਿੱਖ ਹਲਕਿਆਂ 'ਚ ਬੜੀ ਸੁਣਨ ਨੂੰ ਮਿਲੀ ਹੈ ਔਰ ਇਹਦਾ ਵੱਖ ਵੱਖ ਤਰੀਕੇ ਦੇ ਨਾਲ ਵੱਖ ਵੱਖ ਜਿਹੜੀਆਂ ਸਿੱਖ ਜਥੇਬੰਦੀਆਂ ਪ੍ਰਤੀਕਰਮ ਲੈ ਰਹੀਆਂ ਨੇ। ਕਿਉਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਨੇ ਔਰ ਇਹਨਾਂ ਘਟਨਾਵਾਂ ਨੂੰ ਰੋਕਣ ਵਾਸਤੇ ਕੀ ਕੀਤਾ ਜਾਣਾ ਚਾਹੀਦਾ? ਸਾਡੀ ਕਮਿਊਨਿਟੀ ਨੂੰ, ਸਾਨੂੰ ਸਿੱਖਾਂ ਨੂੰ, ਸਾਡੇ ਭਾਈਚਾਰੇ ਨੂੰ, ਕੈਨੇਡਾ 'ਚ ਰਹਿੰਦੇ ਹਾਂ, 100 ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਿਆ। ਅਸੀਂ ਵੱਖ ਵੱਖ ਲੈਵਲਸ ਦੇ ਉੱਤੇ, ਅਸੀਂ ਪੋਲੀਟੀਕਲ ਲੈਵਲ ਦੇ ਉੱਤੇ ਵੀ ਬਹੁਤ ਸਟਰੋਂਗ ਹੋ ਚੁੱਕੇ ਹਾਂ। ਸਾਡੀ ਕਮਿਊਨਿਟੀ ਵੱਖ ਵੱਖ ਲੈਵਲਸ ਦੇ ਉੱਤੇ ਜਾ ਕੇ ਆਪਣਾ ਵੱਡਾ ਯੋਗਦਾਨ ਇਸ ਵਕਤ ਅਦਾ ਕਰ ਰਹੀ ਹੈ, ਪਰ ਫਿਰ ਵੀ ਕਿਉਂ ਇਹ ਮੁਸ਼ਕਲਾਂ ਆਉਂਦੀਆਂ ਨੇ ਔਰ ਜੇ ਮੁਸ਼ਕਲਾਂ ਆਉਂਦੀਆਂ ਨੇ ਨਸਲੀ ਵਿਤਕਰੇ ਦੀਆਂ ਜਾਂ ਨਸਲੀ ਹਿੰਸਾ ਦੀਆਂ, ਇਹਨਾਂ ਸੰਬੰਧੀ ਕੀ ਕੀਤਾ ਜਾਣਾ ਚਾਹੀਦਾ ਨੇ? ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਹੀ ਚਰਚਾ ਹੋਏਗੀ ਔਰ ਸਾਡੇ ਨਾਲ ਸਪੈਸ਼ਲ ਗੱਲਬਾਤ ਕਰਨ ਵਾਸਤੇ ਦੋ ਮਹਿਮਾਨ ਜੁੜੇ ਨੇ। ਸਭ ਤੋਂ ਪਹਿਲਾਂ ਸਾਡੇ ਨਾਲ ਬਲਪ੍ਰੀਤ ਸਿੰਘ ਨੇ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਬਲਪ੍ਰੀਤ ਸਿੰਘ ਹੁਣਾਂ ਬਾਰੇ ਦੱਸ ਦਈਏ ਕਿ WSO ਦੇ ਲੀਗਲ ਕੌਂਸਲ ਨੇ ਬਹੁਤ ਸਾਰੇ ਸਿੱਖ ਮਸਲਿਆਂ ਦੇ ਉੱਤੇ, ਇਹਨਾਂ ਨੇ ਜਿਸ ਤਰ੍ਹਾਂ ਕੌਂਸਲੇਟ ਦੇ ਵਿੱਚ ਕਿਰਪਾਨ ਦਾ ਮਸਲਾ, ਕਿਊਬੈਕ ਦੇ ਵਿੱਚ ਜਿਹੜੇ ਸੌਕਰ ਖੇਡਣ ਵਾਲੇ ਸਿੱਖ ਬੱਚੇ ਸਨ ਉਹਨਾਂ ਦੇ ਪਟਕਿਆਂ ਦਾ ਮਸਲਾ ਔਰ ਹੋਰ ਬਹੁਤ ਸਾਰੇ ਦਸਤਾਰ ਦੇ ਮਸਲਿਆਂ ਦੇ ਉੱਤੇ ਇਹਨਾਂ ਨੇ ਇਹਨਾਂ ਦੀ ਜਿਹੜੀ ਸੰਸਥਾ ਹੈ ਉਹਨਾਂ ਨੇ ਆਪਣੀ ਵੱਡੀ ਭੂਮਿਕਾ ਨਿਭਾਈ ਹੈ। ਸਾਡੇ ਨਾਲ ਦੂਸਰੇ ਮਹਿਮਾਨ ਨੇ ਖਾਲਸਾ ਸਕੂਲ ਬ੍ਰੈਂਪਟਨ ਦੇ ਪ੍ਰਿੰਸੀਪਲ ਸਰਦਾਰ ਰਿਪਸੋਦਕ ਸਿੰਘ ਗਰੇਵਾਲ ਸਾਹਿਬ। ਗਰੇਵਾਲ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਜੀ। ਦੱਸ ਦਈਏ ਕਿ ਗਰੇਵਾਲ ਸਾਹਿਬ ਦਾ ਸਾਡੇ ਇਸ ਪ੍ਰੋਗਰਾਮ 'ਚ ਆਉਣਾ ਔਰ ਬ੍ਰੈਂਪਟਨ ਦੇ ਵਿੱਚ ਲਗਭਗ 2.5 ਸਾਲ ਪਹਿਲਾਂ ਖਾਲਸਾ ਸਕੂਲ ਬ੍ਰੈਂਪਟਨ ਦੀ ਬਿਲਡਿੰਗ ਦੇ ਉੱਤੇ ਵੀ ਕੁਝ ਇਹੋ ਜਿਹੇ ਸ਼ਬਦ ਜਿਹੋ ਜਿਹੀ ਘਟਨਾ ਐਡਮਿੰਟਨ 'ਚ ਵਾਪਰੀ, ਇਹਨਾਂ ਨਾਲ ਵੀ ਹੋਈ ਹੈ ਔਰ ਇਸ ਸੰਬੰਧੀ ਇਹਨਾਂ ਦੋ ਮਹਿਮਾਨਾਂ ਦੇ ਨਾਲ ਸਾਡੀ ਅੱਜ ਗੱਲਬਾਤ ਹੋਏਗੀ। ਸਭ ਤੋਂ ਪਹਿਲਾਂ ਬਲਪ੍ਰੀਤ ਜੀ, ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ ਜੀ। ਜਿਸ ਤਰ੍ਹਾਂ ਮੈਂ ਇੰਟਰੋਡਕਸ਼ਨ 'ਚ ਦੱਸਿਆ ਜੀ, ਸਾਨੂੰ 100 ਸਾਲ ਤੋਂ ਵੱਧ ਹੋ ਚੁੱਕੇ ਨੇ ਸਿੱਖ ਕਮਿਊਨਿਟੀ ਨੂੰ ਇੱਥੇ ਕੈਨੇਡਾ 'ਚ ਰਹਿੰਦੇ ਹਾਂ, ਅੱਜ ਵੀ ਇਹੋ ਜਿਹੀ ਘਟਨਾ ਵਾਪਰਨੀ ਜਿਸ ਤਰ੍ਹਾਂ ਐਡਮਿੰਟਨ 'ਚ ਘਟਨਾ ਵਾਪਰੀ ਹੈ, ਤੁਸੀਂ ਇਸ ਨੂੰ ਕਿਸ ਘਟਨਾ ਨੂੰ ਕਿਵੇਂ ਲੈਂਦੇ ਹੋ? ਤੁਹਾਡਾ ਕੀ ਟੇਕ ਹੈਗਾ ਜੀ ਇਹਦੇ 'ਤੇ? ਸੋ ਮੈਂ ਇਹੀ ਕਹੂੰਗਾ ਕਿ ਵੀ ਜਦੋਂ ਵੀ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਹੁੰਦੀ ਤਾਂ ਅਫਸੋਸਨਾਕ ਹੀ ਹੈ ਜੀ। ਅਤੇ ਜਦੋਂ ਸਾਨੂੰ ਇਸ ਬਾਰੇ ਪਤਾ ਲੱਗਿਆ ਤਾਂ ਅਸੀਂ ਉਸੇ ਵੇਲੇ ਗੁਰਦੁਆਰੇ ਦੀ ਕਮੇਟੀ ਨਾਲ ਸੰਪਰਕ ਕੀਤਾ ਜੀ, ਉਹਨਾਂ ਨਾਲ ਗੱਲ ਕੀਤੀ ਕਿ ਵੀ ਤੁਹਾਨੂੰ ਕੌਣ ਲੱਗਦਾ ਰਿਸਪੋਂਸਿਬਲ ਹੋ ਸਕਦਾ ਹੈ, ਪਹਿਲਾਂ ਵੀ ਇਸ ਤਰ੍ਹਾਂ ਹੋਇਆ ਹੋਵੇ ਜੀ। ਉਹਨਾਂ ਨੂੰ ਇਨਕਰੇਜ ਕੀਤਾ ਕਿ ਪੁਲਿਸ ਨਾਲ ਵੀ ਗੱਲ ਕਰਨ ਜੀ। ਪਰ ਬੜੀ ਸ਼ਲਾਘਾਯੋਗ ਗੱਲ ਹੈ ਕਿ ਉਹਨਾਂ ਨੇ ਬੜੇ ਠਰੰਮੇ ਦੇ ਨਾਲ ਇਸ ਸਿਚੁਏਸ਼ਨ ਨਾਲ ਡੀਲ ਕੀਤਾ ਜੀ। ਉਹਨਾਂ ਨੇ ਇਹੀ ਕਿਹਾ ਕਿ ਵੀ ਇਹ ਗੁਰਦੁਆਰਾ ਸਾਰਿਆਂ ਵਾਸਤੇ ਖੁੱਲ੍ਹਾ ਹੈ ਜੀ, ਅਤੇ ਜਿਹੜੇ ਜਿਹਨੇ ਵੀ ਇਹੋ ਜਿਹੀ ਕਰਤੂਤ ਕੀਤੀ ਆ ਉਹ ਵੀ ਸਾਡੇ ਗੁਰਦੁਆਰੇ ਆ ਸਕਦਾ ਹੈ ਜੀ। ਸੋ ਮੈਂ ਇਹੀ ਕਹੂੰਗਾ ਕਿ ਵੀ ਜਦੋਂ ਇਹ ਹੁੰਦਾ ਆ, ਹੁੰਦਾ ਤਾਂ ਬੜਾ ਮਾੜਾ ਆ, ਪਰ ਆਪਾਂ ਇਹ ਨਾ ਐਕਸਪੈਕਟ ਕਰੀਏ ਕਿ ਕਦੇ ਨਾ ਹੋਊਗਾ ਜੀ। ਆਪਾਂ ਇਹ ਦੇਖੀਏ ਕਿ ਵੀ ਓਵਰ ਟਾਈਮ ਇਹ ਇੰਸੀਡੈਂਟਸ ਵੱਧ ਰਹੇ ਨੇ ਕਿ ਘੱਟ ਰਹੇ ਨੇ ਜੀ, ਅਤੇ ਜਦੋਂ ਹੁੰਦੇ ਨੇ ਸਾਡੇ ਕਮਿਊਨਿਟੀ ਦੇ ਨਾਲ ਤਾਂ ਸਾਡਾ ਕੀ ਰਿਐਕਸ਼ਨ ਹੁੰਦਾ, ਅਤੇ ਸਿਰਫ ਸਾਡਾ ਨਹੀਂ ਜਿਹੜੀ ਮੇਨ ਸਟ੍ਰੀਮ ਕਮਿਊਨਿਟੀ ਹੈਗੀ ਆ ਜੀ ਉਸਦਾ ਕੀ ਰਿਐਕਸ਼ਨ ਹੈਗਾ। ਅਤੇ ਮੈਂ ਇਹ ਕਹੂੰਗਾ ਕਿ ਵੀ ਹੁਣ ਜਦੋਂ ਸਿੱਖਾਂ ਨਾਲ ਇਹੋ ਜਿਹੇ ਇੰਸੀਡੈਂਟਸ ਹੁੰਦੇ ਨੇ ਤਾਂ ਮੇਨ ਸਟ੍ਰੀਮ ਕਮਿਊਨਿਟੀ ਦੀ ਜਿਹੜੀ ਆਵਾਜ਼ ਹੁੰਦੀ ਹੈ ਤਾਂ ਬੜੀ ਸਟਰੋਂਗਲੀ ਸਿੱਖ ਕਮਿਊਨਿਟੀ ਦੇ ਸਪੋਰਟ ਦੇ ਵਿੱਚ ਆਉਂਦੀ ਹੈ ਕਿ ਵੀ ਇਹ ਹਾਰਡ ਵਰਕਿੰਗ ਲੋਕ ਨੇ, ਇਸ ਤਰ੍ਹਾਂ ਉਹਨਾਂ ਨੂੰ ਟਾਰਗੇਟ ਕਰਨਾ ਬੜਾ ਗਲਤ ਆ। ਮੈਂ ਇਹੀ ਕਹੂੰਗਾ ਜਿੱਦਾਂ ਸਾਡੇ ਪ੍ਰੈਸ ਰਿਲੀਜ਼ ਦੇ ਵਿੱਚ ਸਾਡੇ ਜਿਹੜੇ ਅਲਬਰਟਾ ਦੇ ਵਾਈਸ ਪ੍ਰਧਾਨ ਹੈਗੇ ਨੇ ਉਹਨਾਂ ਨੇ ਇਹੀ ਕਿਹਾ ਕਿ ਵੀ ਜਿਹੋ ਜਿਨ੍ਹਾਂ ਨੇ ਇਹ ਕੀਤਾ
ਜੇ ਇਸ ਤਰ੍ਹਾਂ ਕਰਨ ਦੀ ਬਜਾਏ ਗੁਰਦੁਆਰਾ ਸਾਹਿਬ ਅੰਦਰ ਆ ਜਾਂਦੇ ਨਾਲੇ ਤਾਂ ਉਹਨਾਂ ਨੂੰ ਲੰਗਰ ਵੀ ਮਿਲ ਜਾਣਾ ਸੀ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਮਿਲ ਜਾਣੇ ਸੀ ਜੀ ਗਰਵੈਲ ਸਾਹਿਬ ਤੁਹਾਡੇ ਖਾਲਸਾ ਸਕੂਲ ਬ੍ਰੈਂਪਟਨ ਦੇ ਵਿੱਚ ਜਦੋਂ ਤੁਸੀਂ ਇਹ ਨਵੀਂ ਬਿਲਡਿੰਗ 'ਚ ਮੂਵ ਕੀਤੀਆਂ ਉਸ ਤੋਂ ਥੋੜ੍ਹਾ ਸਮਾਂ ਬਾਅਦ ਹੀ ਆਈ ਥਿੰਕ ਜੁਲਾਈ 2012 'ਚ ਇਹ ਘਟਨਾ ਵਾਪਰੀ 2.5 ਸਾਲ ਹੋ ਗਏ ਇਸ ਘਟਨਾ ਨੂੰ ਰਾਤ ਨੂੰ ਟੀਨੇਜਰ ਜਿਹੜੇ ਸੀਗੇ ਉਹਨਾਂ ਵੱਲੋਂ ਕੰਧਾਂ ਦੇ ਉੱਤੇ ਲਿਖ ਦਿੱਤਾ ਗਿਆ ਉਸ ਤੋਂ ਬਾਅਦ ਇਹ ਮੇਨ ਸਟ੍ਰੀਮ 'ਚ ਵੀ ਇਹ ਖਬਰ ਆਈ ਜੀ ਭਾਈਚਾਰੇ ਨੇ ਤਾਂ ਬਹੁਤ ਦੁੱਖ ਮਨਾਇਆ ਇਸ ਗੱਲ ਦਾ ਉਸ ਤੋਂ ਬਾਅਦ ਤੁਸੀਂ ਜਾਂ ਤੁਹਾਡੀ ਸੰਸਥਾ ਜਿਹੜੀ ਆ ਸਕੂਲ ਕਿਹਨਾਂ ਹਾਲਾਤਾਂ 'ਚੋਂ ਗੁਜ਼ਰੇ ਜੀ ਦੇਖੋ ਜਿਸ ਨਾਲ ਜੀ ਇੱਕ ਵਾਰੀ ਸੈਂਸਿਟਿਵ ਇਸ਼ੂ ਹੈ ਕਿਉਂਕਿ ਸਾਨੂੰ ਪਰੇਸ਼ਾਨੀ ਤਾਂ ਜ਼ਰੂਰ ਹੋਈ ਜੀ ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਅਸੀਂ ਇਸ ਕਿਸਮ ਦੀ ਘਟਨਾ ਤੋਂ ਵੀ ਘਬਰਾ ਕੇ ਅਸੀਂ ਕੋਈ ਐਸਾ ਸਟੈਪ ਲਈਏ ਜਾਂ ਐਸੀ ਬਿਆਨਬਾਜ਼ੀ ਕਰੀਏ ਜਿਹਦੇ ਨਾਲ ਕਿ ਜਿਹੜੀਆਂ ਮਲਟੀਪਲ ਪਿਟਫਾਲਸ ਅਸੀਂ ਆਪਣੇ ਲਈ ਵੀ ਹੋਰਾਂ ਲਈ ਵੀ ਕ੍ਰੀਏਟ ਕਰੀਏ ਸਾਡਾ ਮੇਨ ਮਕਸਦ ਸੀਗਾ ਕਿ ਇਹ ਵੀ ਕੋਈ ਮੈਂ ਇਹੀ ਹੁਣ ਵੀ ਇਹੀ ਬਿਲੀਵ ਕਰਦਾ ਕਿ ਵੀ ਇਹ ਕੋਈ ਸ਼ਰਾਰਤੀ ਅੰਸ ਹੈ ਛੋਟੇ ਜਿਹੇ ਬੱਚੇ ਨੇ ਜਿਹਨਾਂ ਨੂੰ ਇਗਨੋਰੈਂਸ ਹੈਗੀ ਉਹ ਇਹ ਗੱਲ ਨੂੰ ਨਹੀਂ ਸਮਝਦੇ ਲੇਕਿਨ ਇਹ ਇੱਕ ਬਰੋਡਰ ਇਸ਼ੂ ਹੈ ਕਿ ਇਹ ਜਦੋਂ ਸਰਫਸ ਸਕਰੈਚ ਕਰਨ ਦੇ ਨਾਲ ਉਹ ਜਿਵੇਂ ਇਸ ਤਰੀ ਉਸ ਇਲਾਕੇ ਦੇ ਵਿੱਚ ਅਸੀਂ ਨਵੇਂ ਮੂਵ ਹੋਏ ਸੀ ਸਾਡੀ ਉਹਨਾਂ ਨੇ ਸਿੱਖ ਬੱਚਿਆਂ ਦੀ ਐਕਟੀਵਿਟੀ ਦੇਖੀ ਸਿੱਖ ਪੇਰੈਂਟਸ ਦੀ ਦੇਖੀ ਤਾਂ ਉਹਨਾਂ ਨੂੰ ਇਉਂ ਲੱਗਿਆ ਕਿ ਵੀ ਇੱਥੇ ਪਤਾ ਨਹੀਂ ਵੀ ਸਾਡੀ ਪ੍ਰਾਈਵੇਸੀ ਇਨਵੇਡ ਹੋ ਜੂਗੀ ਜਾਂ ਸਾਡੇ ਵਾਸਤੇ ਕੋਈ ਖਤਰਾ ਖੜਾ ਹੋ ਜਾਏਗਾ ਲੇਕਿਨ ਇਹ ਉਹਨਾਂ ਦੇ ਦਿਮਾਗ ਦੇ ਵਿੱਚ ਤਾਂ ਜ਼ਰੂਰ ਹੈ ਲੇਕਿਨ ਉਹਨਾਂ ਨੇ ਆਊਟਵਰਡਲੀ ਇਸ ਗੱਲ ਨੂੰ ਨਾ ਤਾਂ ਕਹਿਣਾ ਨਾ ਉਹਨਾਂ ਨੇ ਐਡਮਿਟ ਕਰਨਾ ਜੀ ਜੀ ਲੇਕਿਨ ਇਹ ਸਮੱਸਿਆ ਜ਼ਰੂਰ ਹੈ ਐਗਜ਼ਿਸਟ ਕਰਦੀ ਹੈ ਔਰ ਇਹ ਕੰਟੀਨਿਊ ਰਹਿਣੀ ਹੈ ਜੇ 100 ਸਾਲ ਤੋਂ ਬਾਅਦ ਵੀ ਜੇ ਸਾਡੇ ਨਾਲ ਅਜੇ ਹੋ ਰਿਹਾ ਤਾਂ ਇਹਦਾ ਮਤਲਬ ਜ਼ਰੂਰ ਕਿਤੇ ਨਾ ਕਿਤੇ ਕਮੀ ਹੈਗੀ ਉਹ ਸੋਚਣ ਦੀ ਲੋੜ ਹਾਂਜੀ ਜੀ ਸਮਾਂ ਹੋ ਚੁੱਕਿਆ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਅਸੀਂ ਇਸੇ ਗੱਲਬਾਤ 'ਤੇ ਆਵਾਂਗੇ ਕਿ 100 ਸਾਲ ਸਾਨੂੰ ਇੱਥੇ ਰਹਿੰਦੇ ਨੇ ਹੋ ਚੁੱਕੇ ਜਿਸ ਤਰ੍ਹਾਂ ਵਾਰ ਵਾਰ ਮੈਂਸ਼ਨ ਕੀਤਾ ਜਾ ਰਿਹਾ ਬਹੁਤ ਸਾਰੇ ਅਸੀਂ ਪਾਰਲੀਮੈਂਟ ਮੈਂਬਰ ਬਣਾ ਲਏ ਨੇ ਬਹੁਤ ਸਾਰੇ ਮੈਂਬਰ ਪ੍ਰੋਵਿੰਸ਼ਲ ਪਾਰਲੀਮੈਂਟਸ ਅਸੀਂ ਭੇਜੇ ਨੇ ਬਹੁਤ ਸਾਰੇ ਸਾਡੇ ਲੋਕਲ ਗਵਰਨਮੈਂਟ ਲੈਵਲ ਦੇ ਉੱਤੇ ਵੀ ਸਾਡੇ ਨੁਮਾਇੰਦੇ ਹੈ ਨੇ ਜੀ ਬਹੁਤ ਸਾਰੇ ਦਾੜੀ ਕੇਸ ਵਾਲੇ ਸਿੱਖ ਜਿਹੜੇ ਮੈਂਬਰ ਨੇ ਸਾਡੇ ਮਿਨਿਸਟਰ ਵੀ ਨੇ ਸੋ ਕਮੀ ਕਿੱਥੇ ਹੈ ਇਹਦੇ ਬਾਰੇ ਅਗਲੇ ਸੈਗਮੈਂਟ 'ਚ ਗੱਲ ਹੋਏਗੀ ਬੜੀ ਜਲਦੀ ਅਸੀਂ ਇੱਕ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ ਬਾਅਦ ਸਾਡੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੀ ਇਸ ਵਕਤ ਗੱਲਬਾਤ ਚੱਲ ਰਹੀ ਹੈ ਮਿਸਟਰ ਗਰੇਵਾਲ ਦੇ ਨਾਲ ਔਰ ਬਲਪ੍ਰੀਤ ਸਿੰਘ ਹੋਣਾ ਦੇ ਨਾਲ ਵਿਸ਼ਾ ਅੱਜ ਦਾ ਹੈ ਨਸਲੀ ਵਿਤਕਰੇ ਨਸਲੀ ਹਿੰਸਾ ਜਿਹਦਾ ਸਿੱਖ ਸਮੇਂ ਦਰ ਸਮੇਂ ਸ਼ਿਕਾਰ ਹੁੰਦੇ ਰਹਿੰਦੇ ਆ ਬਲਪ੍ਰੀਤ ਸਿੰਘ ਜੀ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਗੱਲ ਕੀਤੀ ਸੀ 100 ਸਾਲ ਸਾਨੂੰ ਇੱਥੇ ਰਹਿੰਦੇ ਨੂੰ ਹੋ ਗਏ ਅਸੀਂ ਬਹੁਤ ਸਾਰੇ ਮੈਂਬਰ ਆਪਣੇ ਪਾਰਲੀਮੈਂਟ 'ਚ ਭੇਜੇ ਨੇ ਜੀ ਅਸੀਂ ਪੋਲੀਟੀਕਲੀ ਸੋਸ਼ਲੀ ਪੂਰੇ ਸਟਰੋਂਗ ਹਾਂ ਮੇਨ ਸਟ੍ਰੀਮ 'ਚ ਵੀ ਸਾਡੀ ਕਮਿਊਨਿਟੀ ਜੇ ਸਾਊਥ ਏਸ਼ੀਅਨਜ਼ ਦੇ ਵਿੱਚੋਂ ਦੇਖਿਆ ਜਾਵੇ ਸਿੱਖ ਕਮਿਊਨਿਟੀ ਜਿਹੜੀ ਆ ਉਹਦਾ ਰੋਲ ਉੱਭਰ ਕੇ ਸਾਹਮਣੇ ਆਉਂਦਾ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਕਮੀ ਕਿੱਥੇ ਰਹਿ ਗਈ ਆ ਇਹ ਦੱਸਣ 'ਚ ਕਿ ਹੂ ਵੀ ਆਰ ਮੈਂ ਹੀ ਕਹੂੰਗਾ ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੰਦਾ ਸ਼ੋਰ ਜਦੋਂ ਮੈਂ ਇੱਕ ਵਾਰ ਆਟਵਾ ਗਿਆ ਇੱਕ ਕੈਬਨਿਟ ਮੰਤਰੀ ਸੀ ਜੀ ਹਾਂ ਉਸ ਨਾਲ ਮੈਂ ਬੈਠਾ ਤਾਂ ਉਹਨੇ ਇੱਕ ਗੱਲ ਕੀਤੀ ਮੇਰੇ ਨਾਲ ਕਹਿੰਦਾ ਵੀ ਤੁਹਾਡੀ ਕਮਿਊਨਿਟੀ 'ਚ ਇੱਕ ਪ੍ਰੋਬਲਮ ਹੈ ਮੈਂ ਤੇਰੇ ਨਾਲ ਕਰਨੀ ਚਾਹੁੰਦਾ ਜੀ ਮੈਂ ਕਿਹਾ ਦੱਸੋ ਕਹਿੰਦਾ ਜਿੱਥੇ ਤੁਸੀਂ ਜਾਂਦੇ ਹੋ ਤੁਸੀਂ ਇਕੱਠੇ ਰਹਿਣ ਲੱਗ ਪੈਂਦੇ ਹੋ ਤੁਸੀਂ ਵਾਈਡਰ ਕਮਿਊਨਿਟੀ ਦੇ ਵਿੱਚ ਰਹਿੰਦੇ ਨਹੀਂ ਮੈਂ ਕਿਹਾ ਵੀ ਗੱਲ ਇੱਦਾਂ ਆ ਕਿ ਵੀ ਮੇਰੀ ਫੈਮਿਲੀ ਜਦੋਂ ਆਈ ਹੈ ਅਸੀਂ ਇੱਕ ਰੂਰਲ ਕਮਿਊਨਿਟੀ ਵਾਈਟ ਕਮਿਊਨਿਟੀ 'ਚ ਗਏ ਹਾਂ ਸੋ ਐਕਸਕਲੂਸਿਵਲੀ ਇੱਦਾਂ ਨਹੀਂ ਪਰ ਜਿਹੜਾ ਇੱਥੇ ਨਵਾਂ ਆਉਂਦਾ ਆ ਉਹਨੂੰ ਸ਼ਾਇਦ ਪੰਜਾਬੀ ਆਉਂਦੀ ਹੈ ਇੰਗਲਿਸ਼ ਇੰਨੀ ਸਟਰੋਂਗ ਨਹੀਂ ਅਤੇ ਜੇ ਆ ਕੇ ਕੋਈ ਉਹਨੂੰ ਪੁੱਛਦਾ ਹੈ ਵਾਟਸ ਦੈਟ ਔਨ ਯੋਰ ਹੈਡ ਤਾਂ ਉਹਨੂੰ ਸ਼ਾਇਦ ਜਵਾਬ ਨਾ ਦੇਣਾ ਆਵੇ ਸੋ ਉਹ ਚਾਹੁੰਦਾ ਜਿੱਥੇ ਮੈਂ ਜਾਵਾਂ ਲੋਕ ਪਹਿਲਾਂ ਹੀ ਸਮਝਣ ਮੈਨੂੰ ਇਹੋ ਜਿਹੀ ਸਿਚੁਏਸ਼ਨ ਦਾ ਸਾਹਮਣਾ ਨਾ ਕਰਨਾ ਪਏ ਜੀ ਤਾਂ ਉਹ ਕੈਬਨਿਟ ਮੰਤਰੀ ਨੇ ਇਸ ਗੱਲ ਸੋਚ ਕੇ ਠੋਡੀ ਖੁਰ ਖੁਰ ਕੇ ਕਹਿੰਦਾ ਸੋ ਵਟ ਇਜ਼ ਦੈਟ ਔਨ ਯੋਰ ਹੈਡ ਉਹਨੂੰ ਆਪ ਨਹੀਂ ਸੀ ਪਤਾ ਜੀ ਅਤੇ ਮੈਂ ਬੜਾ ਖੁਸ਼ ਹੋਇਆ ਕਿ ਉਸਨੇ ਇਹ ਸਵਾਲ ਪੁੱਛ ਤਾਂ ਲਿਆ ਕਿਉਂਕਿ ਉਹਦੇ ਕੋਲੀਗਸ ਵੀ ਕਈ ਦਸਤਾਰ ਵਾਲੇ ਹੈਗੇ ਨੇ ਅਤੇ ਕਈ ਸਾਲਾਂ ਤੋਂ ਉੱਥੇ ਸਾਡੇ MPs ਵੀ ਜਾ ਰਹੇ ਨੇ ਪਰ ਪ੍ਰੋਬਲਮ ਇਹ ਆ ਕਿ ਅਸੀਂ ਸਵਾਲ ਨਹੀਂ ਪੁੱਛਦੇ ਸਾਡੀ ਸੋਸਾਇਟੀ ਦੇ ਵਿੱਚ ਧਰਮ ਬਾਰੇ ਗੱਲ ਕਰਨਾ ਜਾਂ ਕੁਐਸਚਨ ਪੁੱਛਣੇ ਬੜਾ ਸੈਂਸਿਟਿਵ ਇਸ਼ੂ ਹੁੰਦਾ ਹੈ ਅਸੀਂ ਕਿਸੇ ਨੂੰ ਓਫੈਂਡ ਨਹੀਂ ਕਰਨਾ ਚਾਹੁੰਦੇ ਜੀ ਸੋ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਕਰਨੀ ਇਹੋ ਜਿਹਾ ਮਾਹੌਲ ਕ੍ਰੀਏਟ ਕਰਨਾ ਜਿੱਥੇ ਇੱਕ ਦੂਜੇ ਨਾਲ ਅਸੀਂ ਇਹੋ ਜਿਹੇ ਸਵਾਲ ਪੁੱਛ ਸਕੀਏ ਇਹ ਬੜਾ ਇੰਪੋਰਟੈਂਟ ਹੁੰਦਾ ਹੈ ਨਹੀਂ ਤਾਂ ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਕਿਹਾ ਕਿ ਇਹੋ ਜਿਹੇ ਇੰਸੀਡੈਂਟਸ ਭਾਵੇਂ ਘੱਟ ਹੀ ਗਏ ਹੋਣ ਜਿੱਦਾਂ ਪੈਕੀ ਬੈਸ਼ਿੰਗ 70s ਦੇ ਵਿੱਚ ਬੜਾ ਕਾਮਨ ਇੱਕ ਫਨੋਮਨਾ ਹੁੰਦਾ ਸੀ ਜਿੱਥੇ ਤੁਰੇ ਜਾਂਦੇ ਨੂੰ ਉਹ ਕੁੱਟ ਜਾਂਦੇ ਸੀ ਹੁਣ ਇਹੋ ਜਿਹਾ ਨਹੀਂ ਹੁੰਦਾ ਪਰ ਜਿਹੜੇ ਅੰਦਰ ਸਵਾਲ ਹੈਗੇ ਨੇ ਅਤੇ ਕਈਆਂ ਦੇ ਡਰ ਹੈਗੇ ਨੇ ਉਹ ਉਸੇ ਤਰ੍ਹਾਂ ਹੀ ਨੇ ਅਤੇ ਆਪਾਂ ਉਹਨਾਂ ਦਾ ਜਿਹੜਾ ਜਵਾਬ ਹੈਗਾ ਆ ਉਹ ਇੱਕ ਮਾਹੌਲ ਇਹੋ ਜਿਹਾ ਸਾਨੂੰ ਕ੍ਰੀਏਟ ਕਰਨਾ ਪਊਗਾ ਜੇ ਆਪਾਂ ਉਹਨਾਂ ਨੂੰ ਐਡਰੈਸ ਕਰ ਸਕੀਏ ਤੁਹਾਡਾ ਮਤਲਬ ਇਹ ਸਮਝ ਲਿਆ ਜਾਵੇ ਜੇ ਖੁੱਲ੍ਹਿਆਂ ਵਿਤਕਰਾ ਘਟਿਆ ਪਰ ਜਿਹੜਾ ਅੰਦਰੂਨੀ ਵਿਤਕਰਾ ਜੇ ਜੋਬ ਲੈਣ ਜਾਓ ਜਾਂ ਹੋਰ ਵੱਖ ਵੱਖ ਲੈਵਲਸ 'ਤੇ ਹਜੇ ਹੈ ਜੀ ਉਹ ਬਿਲਕੁਲ ਜੀ ਹੁਣ ਦੇਖੋ ਮੇਰੀ ਜਨਰੇਸ਼ਨ ਇੱਥੇ ਦੀ ਜੰਪਲ ਜਨਰੇਸ਼ਨ ਹੈਗੀ ਆ ਪਰ ਮੇਰੇ ਵੀ ਕਈ ਫਰੈਂਡਸ ਹੈਗੇ ਨੇ ਜਿਹੜੇ ਖੁੱਲ੍ਹੇ ਦਾੜੇ ਵਾਲੇ ਨੇ ਉਹ ਕਹਿੰਦੇ ਨੇ ਕਿ ਵੀ ਸਾਨੂੰ ਖੁੱਲ੍ਹੇ ਦਾੜੇ ਨਾਲ ਜੋਬ ਨਹੀਂ ਮਿਲਦੀ ਜਦੋਂ ਅਸੀਂ ਜੋਬ ਇੰਟਰਵਿਊ 'ਤੇ ਜਾਂਦੇ ਹਾਂ ਅਸੀਂ ਦਾੜੀ ਬੰਨ੍ਹ ਕੇ ਜਾਂਦੇ ਹਾਂ ਜੀ ਇੱਕ ਹੋਰ ਐਗਜ਼ਾਮਪਲ ਇੱਥੇ ਪੀਐਲ ਦੇ ਵਿੱਚ
ਇੱਕ ਬੀਜੇ ਸੰਧੂ ਇੱਕ ਅਫਸਰ ਹੈਗੇ ਨੇ, ਉਹਨਾਂ ਨੇ ਕੰਪਲੇਂਟ ਕੀਤੀ ਕਿ ਮੈਂ ਇੰਨੇ ਸਾਲਾਂ ਤੋਂ ਡੈਕੇਡਸ ਤੋਂ ਮੈਂ ਪੀਲ ਪੁਲਿਸ 'ਚ ਕੰਮ ਕਰ ਰਿਹਾ, ਮੇਰੇ ਨਾਲ ਇੰਨੇ ਸਾਲਾਂ 'ਚ ਬਹੁਤ ਵਿਤਕਰਾ ਹੋਇਆ, ਰੇਸਿਜ਼ਮ ਹੋਈ ਹੈ ਜੀ, ਪੀਲ ਹੋਸਪਿਟਲਸ ਦੇ ਵਿੱਚ ਵੀ ਇਹ ਐਲੀਗੇਸ਼ਨ ਲਾਇਆ ਜਾਂਦਾ ਹੈ। ਸੋ ਇਹੋ ਜਿਹੀ ਸਿਚੁਏਸ਼ਨ ਨੂੰ ਡੀਲ ਕਰਨ ਵਾਸਤੇ ਜਿਹੜੇ ਹਿਡਨ ਰੇਸਿਜ਼ਮ ਆਪਾਂ ਕਹਿ ਸਕਦੇ ਹਾਂ ਜੀ, ਉਸ ਵਾਸਤੇ ਸਾਨੂੰ ਹੁਣ ਉਪਰਾਲੇ ਕਰਨੇ ਪੈਣਗੇ। ਗਰੇਵਾਲ ਸਾਹਿਬ, ਸਾਡਾ ਜਿਹੜਾ ਪ੍ਰੋਗਰਾਮ ਹੈ ਜੀ, ਇਹ ਪੂਰੇ ਨੌਰਥ ਅਮਰੀਕਾ 'ਚ ਵੇਖਿਆ ਜਾ ਰਿਹਾ ਹੈ। ਸੋ ਯੂ ਐੱਸ ਏ ਦੇ ਵਿੱਚ ਸਾਡੇ ਨਾਲੋਂ ਥੋੜ੍ਹੀਆਂ ਸਥਿਤੀਆਂ ਵੱਖਰੀਆਂ ਨੇ ਜੀ, ਉੱਥੇ ਬਹੁਤ ਸਾਰੇ ਲੋਕ ਨਸਲੀ ਹਿੰਸਾ ਦਾ ਸ਼ਿਕਾਰ ਹੁੰਦੇ ਨੇ। 9/11 ਤਾਂ ਮਿਸਟਰ ਸੋਢੀ ਵਾਲਾ ਕੇਸ ਲੈ ਲਈਏ ਜੀ, ਜਾਂ ਉਹ ਕਈ ਗੁਰਦੁਆਰਾ ਸਾਹਿਬ ਦੀ ਘਟਨਾ, ਇੱਥੇ ਬਹੁਤ ਸਾਰੇ ਲੋਕ ਸਾਡੇ ਮਾਰੇ ਗਏ, ਜਾਂ ਹੋਰ ਜਿਹੜੀਆਂ ਘਟਨਾਵਾਂ ਨੇ ਜਿਹੜੀਆਂ ਸਿੱਖਾਂ ਦੇ ਖਿਲਾਫ ਹੋਈਆਂ ਨੇ ਉਹਨਾਂ ਦੀ ਗੱਲ ਕਰ ਲਈਏ, ਤੁਹਾਨੂੰ ਲੱਗਦਾ ਜੀ ਬੀਇੰਗ ਐਨ ਐਜੂਕੇਟਰ ਵੀ ਸਿੱਖਇਜ਼ਮ ਬਾਰੇ ਅਜੇ ਹੋਰ ਡਿਫਾਈਨ ਕਰਨ ਦੀ ਲੋੜ ਹੈ ਜੀ? ਕੈਨੇਡਾ ਦੇ ਵਿੱਚ 100 ਸਾਲ ਤੋਂ ਅਸੀਂ ਉੱਪਰ ਰਹਿ ਰਹੇ ਹਾਂ, ਬੜੀ ਸਟਰਗਲ ਦੇ ਥਰੂ ਜਾ ਰਹੇ ਹਾਂ। ਜਿਸ ਤਰ੍ਹਾਂ ਤੁਸੀਂ ਕਿਹਾ ਕਿ ਵੀ ਕਿੰਨੇ ਹੀ ਸਾਡੇ ਇਲੈਕਟਡ ਐਮ ਪੀਜ਼ ਅਤੇ ਹਰ ਲੈਜਿਸਲੇਟਿਵ ਅਸੈਂਬਲੀ ਦੇ ਪਾਰਲੀਮੈਂਟ ਦੇ ਵਿੱਚ ਸਾਡੇ ਇਲੈਕਟਡ ਸੱਜਣ ਬੈਠੇ ਨੇ, ਇੱਥੋਂ ਇਸ ਨੂੰ ਭਲੀ ਭਾਤ ਜਾਣੀ ਆ ਕਿ ਵੀ ਅਸੀਂ ਆਪਣੀ ਇੱਥੇ ਜਗ੍ਹਾ ਬਣਾ ਲਈਏ ਜੀ। ਲੇਕਿਨ ਜੇ ਇਸ ਨੂੰ ਉਸ ਰਿਫਲੈਕਸ਼ਨ ਦੇ ਵਿੱਚ ਦੇਖਿਆ ਜਾਵੇ ਕਿ ਜਦੋਂ ਕਨਫੈਡਰੇਸ਼ਨ ਬਣੀ ਸੀ ਜੀ, ਜਦੋਂ ਅਰਲੀ ਯੂਰਪੀਅਨਸ ਜਾਂ ਅਰਲੀ ਸੈਟਲਰਸ ਆਏ ਨਿਊ ਇੰਗਲੈਂਡ ਤੋਂ ਆਈ, ਤਾਂ ਉਹਨਾਂ ਨੇ ਜਿਹੜਾ ਜਿਹੜੇ ਸੀਗੇ ਫਸਟ ਨੇਸ਼ਨਸ ਦੇ ਨਾਲ ਜੀ ਕਿਸ ਤਰ੍ਹਾਂ ਬਹਿ ਕੇ ਵਿਤਕਰਾ ਹੋਇਆ ਉਹਨਾਂ ਦੇ ਨਾਲ, ਉਹ ਹਲੇ ਵੀ ਚੱਲ ਰਿਹਾ। ਅਤੇ ਦੂਸਰੀ ਸੀਗੀ ਜਦੋਂ ਉਹਨਾਂ ਨੇ ਕਨਫੈਡਰੇਸ਼ਨ ਬਣਾਈ ਪਾਵਰ ਸ਼ੇਅਰ ਕਰਨ ਲਈ, ਤਾਂ ਉਹਨਾਂ ਨੇ ਉਹ ਇਨਕਲੂਸਿਵ ਐਲੀਮੈਂਟ ਬੇਸਿਸ 'ਤੇ ਬਣਾਈ ਸੀ ਜੀ। ਲੇਕਿਨ ਜਿਹੜਾ ਕਿ ਹੁਣ ਮਾਡਰਨ ਕੰਟੈਕਸਟ ਦੇ ਵਿੱਚ, ਅੱਜ ਦੇ ਕੰਟੈਕਸਟ ਦੇ ਵਿੱਚ ਮੈਨੂੰ ਉਹ ਲੱਗਦਾ ਕਿ ਵੀ ਉਹ ਐਬਸੈਂਟ ਹੈ। ਠੀਕ ਹੈ ਕਿ ਸਾਡੇ ਪਾਰਲੀਮੈਂਟੇਰੀਅਨ ਹਨ, ਸਾਡੇ ਗੁਰਦੁਆਰਿਆਂ ਦੇ ਵਿੱਚ ਸਾਡੀਆਂ ਹਰ ਇੱਕ ਫੰਕਸ਼ਨ ਦੇ ਵਿੱਚ ਪਾਰਲੀਮੈਂਟੇਰੀਅਨਸ ਆਉਂਦੇ ਨੇ, ਬਿਆਨ ਦਿੰਦੇ ਨੇ, ਸਾਡੇ ਨਾਲ ਬੈਠਦੇ ਨੇ, ਲੇਕਿਨ ਇਹ ਗੱਲ ਜ਼ਰੂਰੀ ਹੈ ਕਿ ਅਸੀਂ ਉਹਨਾਂ ਤੋਂ ਕੀ ਪੁੱਛਦੇ ਹਾਂ ਜਾਂ ਉਹਨਾਂ ਨੂੰ ਕੀ ਦੱਸਦੇ ਹਾਂ ਜੀ। ਜੇ ਉਹਨਾਂ ਨੂੰ ਸਿਰਫ ਅਸੀਂ ਆਪਣਾ ਕਰਾਊਡ ਇਕੱਠਾ ਕਰਕੇ ਇਹੀ ਦੱਸਣਾ ਚਾਹੁੰਦੇ ਹਾਂ ਵੀ ਸਾਡੇ ਕੋਲ ਆਹ ਐਡਾ ਵੱਡਾ ਵੋਟ ਬੈਂਕ ਹੈ ਜੀ, ਤਾਂ ਇਹਦਾ ਮਤਲਬ ਅਸੀਂ ਇਲਿਊਜ਼ਨ ਦੇ ਵਿੱਚ ਹਾਂ। ਇਹ ਸ਼ਕਤੀ ਪ੍ਰਦਰਸ਼ਨ ਹੋ ਗਿਆ ਜੀ। ਐਗਜੈਕਟਲੀ ਜੀ। ਜਿੰਨਾ ਚਿਰ ਤੱਕ ਅਸੀਂ ਇਸ ਐਲੀਮੈਂਟ ਨੂੰ ਡਿਟੈਚ ਨਹੀਂ ਕਰਦੇ ਜੀ, ਉਹਨਾਂ ਨਾਲ ਇਕੁਅਲ ਫੁਟਿੰਗ 'ਤੇ ਅੰਡਰ ਦਾ ਚਾਰਟਰ ਆਫ ਰਾਈਟਸ ਇਹ ਨਹੀਂ ਮਹਿਸੂਸ ਕਰਾਉਂਦੇ ਕਿ ਸਾਨੂੰ ਵੀ ਓਨੇ ਹੀ ਰਾਈਟ ਨੇ, ਜਿੰਨਾ ਚਿਰ ਤੱਕ ਤੁਸੀਂ ਇਹ ਅਸਟੈਬਲਿਸ਼ ਨਹੀਂ ਕਰਦੇ ਕਿ ਇਹ ਸਮਾਜ, ਇਹ ਐਲੀਮੈਂਟ, ਇਹ ਕਲਚਰ ਹੈ ਜਿਹੜੀ ਸਾਡੇ ਨਾਲ ਮੋਢੇ ਨਾਲ ਮੋਢਾ ਬੈਠ ਕੇ ਵੀ ਇਹਨਾਂ ਤੋਂ ਡਰਨ ਦੀ ਲੋੜ ਨਹੀਂ ਜੀ। ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਬਲਪ੍ਰੀਤ ਹੋਣੇ ਗੱਲ ਕੀਤੀ ਹੈ ਜੀ, ਇਹਨਾਂ ਨੇ ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧਕ ਨੇ ਜਾਂ ਪ੍ਰਬੰਧਕੀ ਢਾਂਚਾ ਉਹਨਾਂ ਵੱਲ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਸਾਡੇ ਸਾਲ ਬਾਅਦ ਨਗਰ ਕੀਰਤਨ ਹੁੰਦੇ ਨੇ ਟੋਰਾਂਟੋ 'ਚ, ਦੋ ਜਗ੍ਹਾ ਅਲੱਗ ਅਲੱਗ, ਵਿਸਾਖੀ ਦੇ ਨਗਰ ਕੀਰਤਨ ਔਰ ਹੋਰ ਨਗਰ ਕੀਰਤਨ ਹੁੰਦੇ ਨੇ, ਅਮੈਰੀਕਾ 'ਚ ਤਾਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਹੁੰਦੇ ਨੇ, ਕੈਨੇਡਾ ਦੇ ਹੋਰ ਹਿੱਸਿਆਂ, ਸਾਰੀ ਬੀ ਸੀ ਦੇ ਵਿੱਚ ਦੋ ਜਗ੍ਹਾ ਔਰ ਐਡਮਿੰਟਨ 'ਚ, ਕੈਲਗਰੀ 'ਚ, ਹਰ ਜਗ੍ਹਾ ਨਗਰ ਕੀਰਤਨ ਜਿੱਥੇ ਇੱਥੇ ਸਿੱਖ ਸੰਗਤ ਬੈਠੀ ਉੱਥੇ ਹੁੰਦੇ ਆ ਜੀ। ਅਸੀਂ ਉੱਥੇ ਲੱਖ ਲੱਖ, ਡੇਢ ਡੇਢ ਲੱਖ ਸਿੱਖ ਸੰਗਤ ਨੂੰ ਇਕੱਠੇ ਕਰ ਲੈਂਦੇ, ਆਲੇ ਦੁਆਲੇ ਦੇ ਸ਼ਹਿਰਾਂ 'ਚ ਲੋਕ ਆਉਂਦੇ ਨੇ, ਸਾਡੇ ਉੱਥੇ ਮਿਨਿਸਟਰਸ, ਈਵਨ ਪ੍ਰਾਈਮ ਮਿਨਿਸਟਰ ਤੱਕ, ਔਰ ਬੜੀਆਂ ਪੋਲੀਟੀਕਲ ਸਪੀਚਸ ਹੁੰਦੀਆਂ ਨੇ ਕਿ ਅਸੀਂ ਜਿਹੜੇ ਆ ਤੁਹਾਡੇ ਜਿਹੜਾ ਕਰਾਊਡ ਹੈ ਜਾਂ ਤੁਹਾਡੀ ਜਿਹੜੀ ਸੰਗਤ ਹੈ, ਜਿਹੜੀ ਪੋਲੀਟੀਕਲ ਪਾਰਟੀਜ਼ ਨੇ ਚਾਹੇ ਪ੍ਰਾਈਮ ਮਿਨਿਸਟਰ ਨੇ ਤੁਹਾਡੇ ਨਾਲ ਆ। ਕੀ ਇਹ ਸਾਰਾ ਇਕੱਠ ਇਕੱਠਾ ਕਰ ਲੈਣਾ ਇਹਨਾਂ ਦੇ ਕਹਿਣ ਵਾਂਗੂ ਹੀ ਬਹੁਤ ਹੈ ਜੀ, ਜਾਂ ਫਿਰ ਇਹਦੇ ਥਰੂ ਅਸੀਂ ਕੋਈ ਮੈਸੇਜ ਦੇਣ 'ਚ ਹਜੇ ਕਿੰਨਾ ਕੁ ਸਫਲ ਹੋ ਚੁੱਕੇ ਹਾਂ, ਜਾਂ ਸਾਨੂੰ ਕਿਹੜੀਆਂ ਕੋਸ਼ਿਸ਼ਾਂ ਹੋਰ ਕਰਨ ਦੀ ਲੋੜ ਹੈ ਜੀ? ਗੁਰਦੁਆਰਿਆਂ ਦਾ ਬੇਸਿਕਲੀ ਕੀ ਰੋਲ ਤੁਸੀਂ ਦੇਖਦੇ ਹੋ ਜੀ? ਇੱਕ ਮੈਂ ਮੈਚੋਰਿਟੀ ਲੈਵਲ ਦੀ ਗੱਲ ਕਰੂੰਗਾ ਕਿ ਵੀ ਡਿਫਰੈਂਟ ਮੈਚੋਰਿਟੀ ਲੈਵਲ ਹੁੰਦੇ ਨੇ ਓਵਰ ਟਾਈਮ ਜੀ। ਹੁਣ ਪਹਿਲਾਂ ਤਾਂ ਨਗਰ ਕੀਰਤਨ ਦਾ ਰੋਲ ਕੀ ਹੁੰਦਾ ਸੀ ਜੀ? ਕਿਸੇ ਟਾਈਮ 'ਤੇ ਇੱਕ ਡੈਮੋਨਸਟ੍ਰੇਸ਼ਨ ਹੁੰਦੀ ਸੀ ਜੀ, ਵੀ ਨਗਰ ਕੀਰਤਨ ਚਲੋ ਹੈ ਪਰ ਇੱਕ ਡੈਮੋਨਸਟ੍ਰੇਸ਼ਨ, ਪੋਲੀਟੀਕਲ ਡੈਮੋਨਸਟ੍ਰੇਸ਼ਨ ਜੀ। ਹੁਣ ਜਿਸ ਤਰ੍ਹਾਂ ਗਰੇਵਾਲ ਸਾਹਿਬ ਨੇ ਕਿਹਾ, ਇੱਕ ਵੱਡਾ ਇਕੱਠ ਹੁੰਦਾ ਹੈ ਪੋਲੀਟੀਸ਼ੀਅਨਸ ਨੂੰ ਦਿਖਾਉਣ ਵਾਸਤੇ ਕਿ ਵੀ ਦੇਖੋ ਸਾਡੀ ਕਿੰਨੀ ਪਾਵਰ ਹੈਗੀ ਹੈ ਜੀ। ਪਰ ਮੈਨੂੰ ਲੱਗਦਾ ਮੈਚੋਰ ਹੁਣ ਸਾਨੂੰ ਹੋਰ ਵੀ ਹੋਣਾ ਪਊਗਾ ਕਿ ਵੀ ਪੋਲੀਟੀਸ਼ੀਅਨਸ ਨੂੰ ਪਤਾ ਹੈ ਕਿ ਵੀ ਸਿੱਖ ਇੱਥੇ ਹੈਗੇ ਨੇ ਜੀ। ਸੈਂਸਸ ਦੇ ਵਿੱਚ ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਘੱਟ ਤੋਂ ਘੱਟ ਇੱਥੇ 500,000 ਸਿੱਖ ਹੈਗਾ ਹੈ ਜੀ। ਪਰ ਪੋਲੀਟੀਸ਼ੀਅਨਸ ਨੂੰ ਸੱਦ ਕੇ ਉਹਨਾਂ ਤੋਂ ਮੱਥਾ ਟਿਕਾ ਲੈਣਾ, ਕੜਾ ਪ੍ਰਸ਼ਾਦ ਖਵਾ ਦੇਣਾ ਉਹਨਾਂ ਨੂੰ, ਇਹ ਇਨਫ ਨਹੀਂ ਹੈਗਾ। ਉਹ ਇਹ ਟੋਕਨਿਜ਼ਮ ਜਿਹੜੇ ਆਪਾਂ ਕਹਿੰਦੇ ਹਾਂ ਇੰਗਲਿਸ਼ ਦੇ ਵਿੱਚ, ਟੋਕਨਿਜ਼ਮ ਤੋਂ ਵੱਧ ਚੜ੍ਹ ਕੇ ਉੱਠ ਕੇ ਉਹਨਾਂ ਨੂੰ ਸਾਨੂੰ ਦੱਸਣਾ ਪਊਗਾ ਕਿ ਵੀ ਤੁਸੀਂ ਸਾਡੀ ਕਮਿਊਨਿਟੀ ਵਾਸਤੇ ਵਾਕਿਆ ਕੀ ਕਰ ਰਹੇ ਹੋ, ਸਿਰਫ ਸਾਡੀ ਕਮਿਊਨਿਟੀ ਵਾਸਤੇ ਨਹੀਂ ਜੀ, ਮਤਲਬ ਡਾਇਵਰਸਿਟੀ ਵਾਸਤੇ, ਮਲਟੀਕਲਚਰਲਿਜ਼ਮ ਵਾਸਤੇ ਜੀ। ਸੋ ਸਾਡੇ ਨਾਲ ਸਾਨੂੰ ਇਸ ਤਰ੍ਹਾਂ ਨਹੀਂ ਖੁਸ਼ ਹੋਣਾ ਚਾਹੀਦਾ ਕਿ ਵੀ ਉਹ ਆ ਗਏ ਨੇ ਜੀ। ਉਹਨਾਂ ਵਾਸਤੇ ਇੱਕ ਸਟੇਜ ਆ, ਉਹ ਸਾਨੂੰ ਆ ਕੇ ਵਾਕਿਆ ਕੋਈ ਸਬਸਟੈਂਟਿਵ ਚੀਜ਼ਾਂ ਦੱਸਣ, ਅਤੇ ਜੇ ਨਹੀਂ ਦੱਸਦੇ ਤਾਂ ਸਾਨੂੰ ਵੀ ਡਰਨਾ ਨਹੀਂ ਚਾਹੀਦਾ ਉਹਨਾਂ ਨੂੰ ਚੈਲੰਜ ਕਰਨ ਵਾਸਤੇ, ਜਾਂ ਉਹਨਾਂ ਨੂੰ ਸੁਜੈਸ਼ਨ ਦੇਣੀ ਕਿ ਵੀ ਤੁਹਾਨੂੰ ਇਹ ਕਰਨਾ ਚਾਹੀਦਾ ਆ। ਇਹ ਸਟੇਜਸ ਜਿਹੜੀਆਂ ਹੈਗੀਆਂ ਨੇ ਇਹਨਾਂ ਨੂੰ ਸਾਨੂੰ ਇਫੈਕਟਿਵਲੀ ਯੂਜ਼ ਕਰਨ ਦੀ ਲੋੜ ਹੈਗੀ ਹੈ ਜੀ। ਸਮਾਂ ਹੋ ਚੁੱਕਿਆ ਇੱਕ ਹੋਰ ਛੋਟਾ ਜਿਹਾ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਸਾਡੀ ਗੱਲਬਾਤ ਇਸ ਵਿਸ਼ੇ ਦੇ ਉੱਤੇ ਲਗਾਤਾਰ ਚੱਲਦੀ ਰਹੇਗੀ, ਔਰ ਕੀ ਕੁਝ ਕੀਤੇ ਜਾਣ ਦੀ ਲੋੜ ਹੈ ਗੁਰਦੁਆਰਿਆਂ ਦੇ ਜਾਂ ਇੰਡੀਵਿਜੁਅਲਸ ਆਪਣੇ ਲੈਵਲ ਦੇ ਉੱਤੇ ਇਹ ਜਿਹੜੇ ਨਸਲੀ ਹਮਲੇ ਨੇ ਜਾਂ ਨਸਲੀ
ਬ੍ਰੇਕ ਤੋਂ ਬਾਅਦ ਇੱਕ ਵਾਰੀ ਫੇਰ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਗੱਲਬਾਤ ਹੋ ਰਹੀ ਹੈ ਮਿਸਟਰ ਗਰੇਵਾਲ ਔਰ ਬਲਪ੍ਰੀਤ ਸਿੰਘ ਹੁਣਾਂ ਦੇ ਨਾਲ ਨਸਲੀ ਹਿੰਸਾ, ਨਸਲੀ ਜਿਹੜਾ ਵਿਤਕਰਾ ਹੈ ਉਹਦੇ ਬਾਰੇ, ਜਿਹਨਾਂ ਨੂੰ ਸਿੱਖ ਸਮੇਂ ਦਰ ਸਮੇਂ ਫੇਸ ਕਰਦੇ ਰਹਿੰਦੇ ਆ। ਬਲਪ੍ਰੀਤ ਜੀ, ਅਸੀਂ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ, ਤੁਹਾਨੂੰ ਯਾਦ ਹੋਏ ਮਾਰਖਮ ਦੇ ਵਿੱਚ ਵੀ ਇੱਕ ਮੋਸਕ ਦੇ ਉੱਤੇ, ਮਸਜਿਦ ਦੇ ਉੱਤੇ ਇਹ ਜੀ ਘਟਨਾ ਵਾਪਰੀ, ਔਰ ਮੌਂਟਰੀਅਲ ਦੇ ਵਿੱਚ ਵੀ ਜਿਹੜਾ ਸਿੱਖ ਟੈਂਪਲ ਹੈ ਉਹਦੇ 'ਤੇ ਵੀ ਇਹ ਘਟਨਾ ਵਾਪਰੀ, ਔਰ ਹੋਰ ਬਹੁਤ ਸਾਰੀਆਂ ਉਦਾਹਰਨਾਂ ਨੇ ਇਹਨਾਂ ਘਟਨਾਵਾਂ ਦੀਆਂ। ਚਾਹੇ ਕੇ ਮੂਵਮੈਂਟ ਦੀ ਆਪਾਂ ਗੱਲ ਕਰ ਲਈਏ ਜੀ, ਤੁਹਾਨੂੰ ਕੀ ਲੱਗਦਾ ਜੀ, ਜੇ ਅਸੀਂ ਗੁਰਦੁਆਰਾ ਨੂੰ ਇੱਕ ਵਾਰੀ ਪਾਸੇ ਰੱਖ ਦਈਏ, ਐਜੂਕੇਸ਼ਨ ਦੇ ਜ਼ਰੀਏ ਆਪਾਂ ਜੇ ਗੱਲ ਕਰੀਏ ਤਾਂ ਕਿਸ ਤਰ੍ਹਾਂ ਦੀ ਐਜੂਕੇਸ਼ਨ ਫੈਲਾਏ ਜਾਣ ਦੀ ਲੋੜ ਆ, ਜਾਂ ਅਵੇਅਰਨੈਸ ਕਿਸ ਤਰ੍ਹਾਂ ਕੋਈ ਫੈਲਾਈ ਜਾ ਸਕਦੀ ਹੈ ਜੀ? ਬਿਲਕੁਲ, ਤੁਹਾਡੀ ਗੱਲ ਸਹੀ ਹੈ। ਇਸ ਦਾ ਹੱਲ ਸਿਰਫ ਐਜੂਕੇਸ਼ਨ ਹੀ ਹੋ ਸਕਦਾ, ਕਿਉਂਕਿ ਹਨੇਰੇ ਨੂੰ ਦੂਰ ਕਰਨ ਵਾਸਤੇ ਸਿਰਫ ਰੋਸ਼ਨੀ ਹੁੰਦੀ ਹੈ ਜੀ। ਸੋ ਐਜੂਕੇਸ਼ਨ 'ਤੇ ਸਾਨੂੰ ਹੁਣ ਫੋਕਸ ਕਰਨਾ ਪਊਗਾ, ਇਨਸੂਲਰ ਹੋਣ ਦੀ ਬਜਾਏ ਸਾਨੂੰ ਸੋਚਣਾ ਪਊਗਾ ਕਿ ਬਾਹਰ ਆਪਣਾ ਕਿਸ ਤਰ੍ਹਾਂ ਮੈਸੇਜ ਲੈ ਕੇ ਜਾ ਸਕਦੇ ਹਾਂ। ਅਗਰਵਾਲ ਸਾਹਿਬ, ਇੱਕ ਵਾਰੀ ਫਿਰ ਇਹਨਾਂ ਨੇ ਗੁਰਦੁਆਰਿਆਂ ਵੱਲ ਇਸ਼ਾਰਾ ਕੀਤਾ ਕਿ ਗੁਰਦੁਆਰਾ ਹੀ ਇੱਕ ਇਹੋ ਜਿਹੀ ਸੰਸਥਾ ਜਿੱਥੇ ਅਸੀਂ ਸਾਰੇ ਜਾ ਕੇ ਇਕੱਠੇ ਹੁੰਦੇ ਹਾਂ ਜੀ। ਕੀ ਗੁਰਦੁਆਰਿਆਂ ਦਾ ਮਕਸਦ ਸਿਰਫ ਗੁਰਪੁਰਬ ਮਨਾ ਲੈਣੇ, ਗੁਰੂਆਂ ਦੇ ਦਿਨ ਮਨਾ ਲੈਣੇ, ਨਵੇਂ ਸਾਲ ਦੀਵਾਲੀ ਦੇ ਵੱਡੇ ਵੱਡੇ ਫੰਕਸ਼ਨ ਕਰ ਲੈਣੇ, ਫ੍ਰੀ ਕਿਚਨ ਲੰਗਰ ਛਕਾ ਲੈਣਾ ਹੀ ਕਾਫੀ ਹੈ ਜੀ, ਜਾਂ ਇਸ ਤੋਂ ਇਲਾਵਾ ਉਹਨਾਂ ਦੇ ਕੋਈ ਹੋਰ ਫਰਜ਼ ਵੀ ਹੈਗੇ ਆ ਜੀ? ਬਹੁਤ ਹੋਰ ਫਰਜ਼ ਹੈਗੇ ਜੀ ਜਿਹੜੇ ਅਦਾ ਨਹੀਂ ਕੀਤੇ ਜਾ ਰਹੇ ਸਾਡੇ ਸਿਸਟਮ ਦੇ ਵਿੱਚ ਜੀ। ਅਸੀਂ ਉਹਨਾਂ ਨੂੰ ਉਸ ਲੈਵਲ 'ਤੇ ਨਹੀਂ ਯੂਜ਼ ਕਰ ਸਕੇ ਜੀ। ਜਿਸ ਤਰ੍ਹਾਂ ਕਿ ਤੁਸੀਂ ਦੇਖੋ ਕਿ ਸਾਡੇ ਜਦੋਂ ਗੁਰਦੁਆਰਿਆਂ ਦੇ ਵਿੱਚ ਇਕੱਠ ਹੁੰਦੇ ਨੇ, ਪੋਲੀਟੀਸ਼ੀਅਨਸ ਆਉਂਦੇ ਨੇ, ਉਹਨਾਂ ਨੂੰ ਅਸੀਂ ਜਿਹੜੀ ਮੇਨ ਪ੍ਰੋਗਰਾਮ ਆ ਫੋਕਸ, ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਫਿਕਸ ਸ਼ਿਫਟ ਕਰਕੇ ਅਸੀਂ ਉਹਨਾਂ ਦੇ ਪੋਲੀਟੀਸ਼ੀਅਨ 'ਤੇ ਫੋਕਸ ਕਰਦੇ ਹਾਂ, ਲੇਕਿਨ ਉਹਨਾਂ ਨੂੰ ਅਸੀਂ ਦੱਸਦੇ ਨਹੀਂ, ਨਾ ਹੀ ਅਸੀਂ ਉਹਨਾਂ ਤੋਂ ਸਵਾਲ ਪੁੱਛਦੇ ਹਾਂ। ਲੇਕਿਨ ਜੇ ਅਸੀਂ ਇਸ ਨੂੰ ਇਨਵੋਲਵ ਕਰਨਾ ਮੈਂ ਇਸ ਪ੍ਰੋਸੈਸ ਨੂੰ, ਤਾਂ ਸਾਡੇ ਕੋਲ ਬੜੀਆਂ ਕਲੀਅਰਲੀ ਡਿਫਾਈਨਡ ਐਕਸਪੈਕਟੇਸ਼ਨ ਜਾਂ ਸਾਡੇ ਰੂਲਸ ਐਂਡ ਰੈਗੂਲੇਸ਼ਨ ਸਾਨੂੰ ਡਿਵੈਲਪ ਕਰਨੇ ਪੈਣਗੇ, ਜਿਹਦੇ ਨਾਲ ਕਿ ਅਸੀਂ ਉਹਨਾਂ ਨੂੰ ਫੇਸ ਟੂ ਫੇਸ ਬੈਠ ਕੇ ਦੱਸੀਏ ਕਿ ਵੀ ਦਿਸ ਇਜ਼ ਵਟ ਵੀ ਵਾਂਟ ਟੂ ਡੂ ਐਂਡ ਵਟ ਯੂ ਗੋਇੰਗ ਟੂ ਡੂ ਫਾਰ ਅਸ। ਜਿਵੇਂ ਹੁਣ ਜੇ ਅਸੀਂ ਬਰਾਡਰ ਕਮਿਊਨਿਟੀ ਦੇ ਵਿੱਚ ਜਾਈਏ, ਬਰਾਡਰ ਸੋਸਾਇਟੀ ਦੇ ਵਿੱਚ ਜਾਈਏ, ਹਾਲਾਂਕਿ ਹੁਣ ਇਹਨਾਂ ਦੇ ਜਿਹੜੇ ਚਰਚਿਸ ਨੇ ਉਹਨਾਂ ਦੇ ਵੀ ਸੰਬੰਧ ਸਿਆਸੀ ਬੰਦਿਆਂ ਨਾਲ ਹਨ ਜੀ, ਲੇਕਿਨ ਉਹਨਾਂ ਨੂੰ ਚਰਚ ਦੇ ਵਿੱਚ ਨਹੀਂ ਲਿਆਉਂਦੇ ਉਹ। ਜਦੋਂ ਉਹ ਉਹਨਾਂ ਨੂੰ ਟੇਬਲ 'ਤੇ ਬੈਠ ਕੇ ਕਰਦੇ ਆ, ਉਹ ਉਹਨਾਂ ਨੂੰ ਪੋਲਿਸੀ ਇੰਪਲੀਮੈਂਟੇਸ਼ਨ ਅਤੇ ਪੋਲਿਸੀ ਚੇਂਜਸ ਦੀ ਉਹਦੇ ਨਾਲ ਗੱਲ ਕਰਦੇ ਆ, ਨਾ ਕਿ ਉਹਨਾਂ ਨੂੰ ਦਿਖਾਉਂਦੇ ਆ ਵੀ ਮੇਰੀ ਚਰਚ ਦੇ ਵਿੱਚ ਕਿੰਨੇ ਮੈਂਬਰ ਨੇ ਜੀ। ਜੀ ਜੀ, ਜਿੰਨਾ ਚਿਰ ਤੱਕ ਅਸੀਂ ਉਹਨਾਂ ਨੂੰ ਪੋਲਿਸੀ ਇੰਪਲੀਮੈਂਟੇਸ਼ਨ ਜਾਂ ਚੇਂਜਸ ਦਾ ਸਟਰਕਚਰਲ ਚੇਂਜ ਲਈ ਉਹਨਾਂ ਨੂੰ ਐਜੂਕੇਟ ਨਹੀਂ ਕਰਾਂਗੇ, ਤਾਂ ਸਾਡੇ ਨਾਲ ਇਹੋ ਜਿਹਾ ਕੁਛ ਹੀ ਹੁੰਦਾ ਰਹਿਣਾ। ਨਿੰਦਾ ਤਾਂ ਸਾਰੇ ਜਿਹੜੇ ਸਿਆਸੀ ਲੋਕ ਉਹਨਾਂ ਨੇ ਕੀਤੀ, ਉਹਨਾਂ ਨੇ ਕਰਨੀ ਕਰਨੀ। ਟਿਮ ਉੱਪਲ ਨੇ ਜੀ, ਉਹ ਵੀ ਦਸਤਾਰ ਔਰ ਦਾੜਾ ਪ੍ਰਕਾਸ਼ ਵਾਲੇ ਸਾਡੇ ਮੰਤਰੀ ਨੇ, ਔਰ ਇਨਫੈਕਟ ਮਲਟੀਕਲਚਰਲਿਜ਼ਮ ਦੇ ਹੀ ਮਿਨਿਸਟਰ ਨੇ ਉਹ, ਉਹਨਾਂ ਨੇ ਨਿੰਦਾ ਕੀਤੀ ਹੈ। ਦੇਖਦੇ ਹਾਂ ਜੀ ਉਹ ਆਉਣ ਵਾਲੇ ਦਿਨਾਂ 'ਚ ਕੀ ਕਰਦੇ ਆ। ਗੁਰਦੁਆਰਿਆਂ ਨੂੰ ਅਸੀਂ ਬਹੁਤਾ ਨਹੀਂ ਨਿੰਦ ਸਕਦੇ ਜੀ, ਗੁਰਦੁਆਰੇ ਵੀ ਆਪਣੇ ਲੈਵਲ 'ਤੇ ਦਿਨ ਮਨਾਉਣ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮ ਉਹ ਵੀ ਕਰਦੇ ਨੇ, ਗੁਰਮਤਿ ਵਿੱਦਿਆ ਦਾ ਕੰਮ ਹੈ ਜੀ, ਜਾਂ ਹੋਰ ਬਹੁਤ ਸਾਰੇ ਖੂਨਦਾਨ ਜਾਂ ਛੋਟੇ ਛੋਟੇ ਕੰਮ ਜਿਹੜੇ ਆ ਉਹ ਹੋਰ ਲਾ ਲਈਏ, ਪਰ ਇਹ ਸਿਰਫ ਉਹਨਾਂ ਵਾਸਤੇ ਨੇ ਜਿਹੜੇ ਸਿੱਖ ਨੇ ਜਾਂ ਸਿੱਖ ਬੱਚੇ ਨੇ, ਪਰ ਦੂਸਰੀਆਂ ਕਮਿਊਨਿਟੀਜ਼ ਨੂੰ ਅਸੀਂ ਕਿੰਨਾ ਕੁ ਨੇੜੇ ਲਿਆ ਸਕੇ ਹਾਂ ਅਤੇ ਸ਼ਾਇਦ ਅਸੀਂ ਉਹਨਾਂ ਕਾਮਯਾਬ ਨਹੀਂ ਹੋ ਸਕੇ। ਬਲਪ੍ਰੀਤ ਜੀ, ਮੈਂ ਉਦਾਹਰਣ ਇੱਥੇ ਤੁਹਾਨੂੰ ਦੇਣੀ ਚਾਹੁੰਦਾ, ਜਿਵੇਂ ਗੁਰਦੁਆਰੇ 'ਚ ਫ੍ਰੀ ਕਿਚਨ ਜਾਂ ਫ੍ਰੀ ਫੂਡ ਦੀ ਅਸੀਂ ਗੱਲ ਕਰਦੇ ਹਾਂ, ਜਿਹਨੂੰ ਦੇਖ ਕੇ ਬਹੁਤ ਸਾਰੇ ਲੋਕ ਸਾਡੇ ਨੇੜੇ ਆ ਜਾਂਦੇ ਆ। ਫ੍ਰੀ ਫੂਡ ਸਾਡੇ ਗੁਰਦੁਆਰਿਆਂ 'ਚ ਚੱਲਦਾ ਜੀ, ਪਰ ਉਹ ਤਾਂ ਸਿਰਫ ਸਿੱਖਾਂ ਵਾਸਤੇ, ਸ਼ਾਇਦ ਇਹਨਾਂ 'ਚ ਬਹੁਤ ਸਾਰੇ ਇਹੋ ਜਿਹੇ ਲੋਕ ਵੀ ਨੇ ਜਿਹਨਾਂ ਨੂੰ ਇਹਦੀ ਬਹੁਤੀ ਲੋੜ ਵੀ ਨਹੀਂ। ਕਿਉਂ ਨਹੀਂ ਅਸੀਂ ਇਸੇ ਫ੍ਰੀ ਫੂਡ ਨੂੰ ਲੈ ਕੇ ਬਾਹਰ ਡਾਊਨ ਟਾਊਨ ਚਲੇ ਜਾਂਦੇ, ਇੱਥੇ ਬਹੁਤ ਸਾਰੇ ਭੁੱਖੇ ਨੰਗੇ ਲੋਕ ਨੇ, ਔਰ ਜਾ ਕੇ ਅਸੀਂ ਜੇ ਉਹਨਾਂ ਦੀ ਸੇਵਾ ਕਰਦੇ ਹਾਂ, ਸ਼ਾਇਦ ਪਤਾ ਲੱਗ ਸਕੇ ਕਿ ਸਿੱਖ ਕੌਣ ਨੇ, ਸ਼ਾਇਦ ਇਹ ਨਿਊਜ਼ ਬਣ ਸਕੇ, ਔਰ ਸ਼ਾਇਦ ਮੇਨ ਸਟ੍ਰੀਮ 'ਚ ਆ ਸਕੇ। ਇਹੋ ਜਿਹੇ ਉਪਰਾਲਿਆਂ ਬਾਰੇ ਗੁਰਦੁਆਰੇ ਸ਼ਾਇਦ ਫੇਲੀਅਰ ਅਸੀਂ ਕਹਿ ਲਈਏ, ਕੀ ਕਮੈਂਟ ਹੈ ਤੁਹਾਡਾ? ਸੋ ਸਾਡੀ ਕਮਿਊਨਿਟੀ ਦੇ ਵਿੱਚੋਂ ਹੀ ਕਈ ਇਹੋ ਜਿਹੀਆਂ ਸੰਸਥਾਵਾਂ ਹੁਣ ਉਭਰੀਆਂ ਨੇ ਜੀ, ਜਿਹੜੇ ਗੁਰਦੁਆਰੇ ਸਿਸਟਮ ਤੋਂ ਬਾਹਰ ਆ ਕੇ ਜਿਹੜੇ ਸਿੱਖ ਸਪਿਰਿਟ ਆ, ਸਿੱਖ ਵੈਲਿਊਜ਼ ਨੇ, ਉਹ ਮੇਨ ਸਟ੍ਰੀਮ ਦੇ ਨਾਲ ਇੰਗੇਜ ਕਰ ਰਹੀ ਨੇ। ਇੱਕ ਤਾਂ ਚਲੋ ਸਾਡੀ ਸੰਸਥਾ ਵਰਲਡ ਸਿੱਖ ਆਰਗਨਾਈਜੇਸ਼ਨ ਦਾ 30 ਸਾਲਾਂ ਤੋਂ ਕੰਮ ਕਰਦੀ ਆ ਰਹੀ ਹੈ ਜੀ, ਪਰ ਜੇ ਉਸ ਤਰ੍ਹਾਂ ਦੇਖਿਆ ਜਾਏ, ਸਿੱਖ ਕੈਨੇਡੀਅਨ ਹੈਰੀਟੇਜ ਮਿਊਜ਼ੀਅਮ ਜਿਹੜਾ ਇੱਥੇ ਮਾਲਟਨ ਦੇ ਵਿੱਚ ਸ਼ੁਰੂ ਹੋਇਆ, ਬਹੁਤ ਵਧੀਆ ਉਪਰਾਲਾ, ਸੇਵਾ ਫੂਡ ਬੈਂਕ, ਗੁਰੂ ਨਾਨਕ ਫ੍ਰੀ ਕਿਚਨ ਵੈਸਟ ਸਾਈਡ 'ਤੇ ਜੀ, ਇਹ ਬਹੁਤ ਸੋਹਣੇ ਉਪਰਾਲੇ ਨੇ ਕਿ ਵੀ ਜਿਹੜੇ ਕਮਿਊਨਿਟੀ ਨੇ ਦੇਖਿਆ ਕਿ ਵੀ ਚਲੋ ਗੁਰਦੁਆਰੇ ਆਪਣੇ ਟਾਈਮ ਨਾਲ ਇਹ ਸ਼ਾਇਦ ਮੈਚੋਰ ਹੋਣਗੇ, ਪਰ ਇਨ ਦਾ ਮੀਨ ਟਾਈਮ ਅਸੀਂ ਆਪਣੇ ਵੱਲੋਂ ਕੁਛ ਕਰ ਸਕੀਏ, ਆਊਟਰੀਚ ਕਰੀਏ। ਸੋ ਇਹ ਬੜਾ ਜ਼ਰੂਰੀ ਹੈ, ਕਿਉਂਕਿ ਜਦੋਂ ਆਊਟਰੀਚ ਹੁੰਦੀ ਹੈ, ਇੰਗੇਜਮੈਂਟ ਹੁੰਦੀ ਹੈ, ਤਾਂ ਮੌਂਟਰੀਅਲ ਦੀ ਮੈਂ ਤੁਹਾਨੂੰ ਇੱਕਜ਼ਾਮਪਲ ਦਿੰਦਾ, ਕਿਬੈਕ ਦੇ ਵਿੱਚ ਜਦੋਂ ਇਹ ਚਾਰਟਰ ਆਫ ਵੈਲਿਊਜ਼ ਜਦੋਂ ਦਸਤਾਰ 'ਤੇ ਬੈਨ ਦੀ ਗੱਲ ਉੱਥੇ ਹੋ ਗਈ ਸੀ ਕਿ ਵੀ ਅਸੀਂ ਬੈਨ ਕਰ ਦੇਣਾ ਆ, ਤਾਂ ਉਹਨਾਂ ਨੇ ਪੋਲ ਕੀਤਾ ਜੀ, ਅਤੇ ਪੋਲ ਦੇ ਵਿੱਚ ਇਹ ਸਾਬਤ ਹੋਇਆ ਕਿ ਜਿੱਥੇ ਮਲਟੀਕਲਚਰਲਿਜ਼ਮ ਹੈਗਾ ਆ, ਜਿੱਥੇ ਸਿੱਖ ਰਹਿੰਦੇ ਨੇ ਜੀ, ਲੋਕ ਕਹਿੰਦੇ ਕਿ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਦਸਤਾਰ ਦੇ ਨਾਲ ਜੀ, ਪਰ ਜਿੱਥੇ ਕੋਈ ਸਿੱਖ ਕਦੇ ਗਿਆ ਹੀ ਨਹੀਂ, ਕੋਈ ਮਲਟੀਕਲਚਰਲਿਜ਼ਮ ਦਾ ਨਾਮੋ ਨਿਸ਼ਾਨ ਨਹੀਂ, ਉੱਥੇ ਦੇ ਜਿਹੜੇ ਵਸੋਂ ਦੇ ਲੋਕ ਸੀਗੇ ਉਹ ਕਹਿੰਦੇ ਨਹੀਂ, ਅਸੀਂ ਇਹ ਸਿੰਬਲਸ ਅਲਾਓ ਹੀ ਨਹੀਂ ਕਰਨੇ। ਹਾਲਾਂਕਿ
ਐਕਸਪੀਰੀਅੰਸ ਕਰਦੇ ਹਾਂ ਕਿਸੇ ਚੀਜ਼ ਨੂੰ, ਆਪਾਂ ਇੰਗੇਜ ਕਰਦੇ ਹਾਂ ਤਾਂ ਆਪਾਂ ਸਮਝਦੇ ਹਾਂ ਕਿ ਵੀ ਇਹਦੇ ਸਿਰ 'ਤੇ ਦਸਤਾਰ ਤਾਂ ਹੋਊਗੀ ਪਰ ਇਹ ਵਾਕਈ ਮੇਰੇ ਵਰਗਾ ਹੈ, ਆਪਣਾ ਪਰਿਵਾਰ ਪਾਲ ਲਿਆ, ਸੋ ਇਸ ਤਰ੍ਹਾਂ ਅੰਡਰਸਟੈਂਡਿੰਗ ਬਣਦੀ ਹੈ। ਇੱਕ ਤਾਂ ਜੀ ਸੋਸਾਇਟੀ 'ਚ ਉਹ ਪਾਰਟ ਹੈ ਜੀ ਜਿਹੜੇ ਇਹ ਕਹਿੰਦੇ ਨੇ ਅਸੀਂ ਇਸ ਮੁਲਕ 'ਚ ਆ ਗਏ ਹਾਂ ਜਾਂ ਅਸੀਂ ਇੱਥੇ ਜੰਮੇ ਪਲੇ ਹਾਂ, ਸ਼ਾਇਦ ਇੱਥੇ ਦਸਤਾਰ ਦੀ ਉਨੀ ਵੈਲਿਊ ਨਹੀਂ ਜਾਂ ਇੱਥੇ ਨਸਲੀ ਵਿਤਕਰੇ ਹੁੰਦੇ। ਦੂਸਰੇ ਪਾਸੇ ਤੁਹਾਡੇ ਵਰਗੇ ਜਿਹੜੇ ਇੱਥੋਂ ਦੇ ਬੋਰਨ ਬਰੋਟਅਪ ਬੱਚੇ ਨੇ ਔਰ ਤੁਸੀਂ ਪ੍ਰੋਪਰ ਆਪਣੇ ਬਾਣੇ 'ਚ ਵੀ ਹੋ, ਦਸਤਾਰ ਵੀ ਹੈ ਤੁਹਾਡੀ, ਦਾੜਾ ਪ੍ਰਕਾਸ਼ ਕੀਤਾ ਹੋਇਆ, ਗਾਤਰਾ ਤੁਸੀਂ ਪਾਇਆ ਹੋਇਆ, ਔਰ ਪਰ ਸਾਰੇ ਤੁਹਾਡੇ ਵਾਂਗੂ ਵਕੀਲ ਵੀ ਨਹੀਂ ਹੈਗੇ ਜੀ, ਔਰ ਸਾਰੇ ਤੁਹਾਡੇ ਵਾਂਗੂ ਐਕਸਪਲੇਨ ਵੀ ਨਹੀਂ ਕਰ ਸਕਦੇ, ਸੋ ਉਹ ਸਿਚੁਏਸ਼ਨ ਦੇ ਉੱਤੇ ਇੰਡੀਵਿਜੁਅਲ ਕੀ ਕਰ ਸਕਦਾ ਜੀ? ਸੋ ਇੰਡੀਵਿਜੁਅਲ ਨੇ ਹੀ ਚੇਂਜ ਲਿਆਉਣੀ ਹੈ। ਹੁਣ ਮੈਂ ਇਸ ਰਸਤੇ 'ਤੇ ਕਿੱਦਾਂ ਪਿਆ, ਕਿਉਂਕਿ ਜਦੋਂ ਮੈਂ ਲਾਅ ਸਕੂਲ ਦੀ ਕਲਾਸ ਦੇ ਵਿੱਚ ਟੋਰਾਂਟੋ ਕੋਰਟਸ ਗਿਆ ਤਾਂ ਮੈਨੂੰ ਕਹਿਤਾ ਗਿਆ ਤੂੰ ਕਿਰਪਾਨ ਪਾ ਕੇ ਅੰਦਰ ਨਹੀਂ ਆ ਸਕਦਾ। ਜਿਹੜੀ ਮੈਂ ਬੇਇੱਜ਼ਤੀ ਉਸ ਟਾਈਮ 'ਤੇ ਫੀਲ ਕੀਤੀ ਉਸ ਤੋਂ ਮੈਂ ਇੱਕ ਲਾਅ ਕਰੀਅਰ ਬਣਾ ਲਿਆ, ਅਤੇ ਮੇਰਾ ਪਹਿਲਾ ਕੇਸ ਜਿਹੜਾ ਮੈਂ ਲਿਆ ਉਹੀ ਸੀ ਕਿ ਮੈਂ ਕੋਰਟ ਰੂਮਸ ਦੇ ਵਿੱਚ ਕਿਰਪਾਨ ਅਲਾਊ ਕਰਾਊਂਗਾ, ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਇਹ ਹੋ ਗਿਆ ਵਾ। ਸੋ ਇੰਡੀਵਿਜੁਅਲ ਦਾ ਜਿਹੜਾ ਐਫਰਟ ਹੈਗਾ ਉਸਨੂੰ ਮਿਨੀਮਾਈਜ਼ ਨਾ ਕਰੀਏ। ਜਦੋਂ ਉਹ ਆਵਾਜ਼ ਉਠਾਉਂਦਾ ਆ ਤਾਂ ਇਕੱਲਾ ਵੀ ਆਵਾਜ਼ ਉਠਾ ਸਕਦਾ ਹੈ, ਪਰ ਸਾਡੀ ਜਿਹੜੀ ਸੰਸਥਾ ਹੈਗੀ, ਹੋਰ ਵੀ ਸੰਸਥਾਵਾਂ ਹੈਗੀਆਂ ਨੇ, ਅਸੀਂ ਮਦਦ ਕਰ ਸਕਦੇ। ਇੱਕ ਐਗਜ਼ਾਮਪਲ ਫਾਈਨਲ, ਪੀਲ ਰੀਜਨ ਦੇ ਵਿੱਚੋਂ ਹੀ ਇੱਕ ਬੱਚਿਆਂ ਦਾ ਗਰੁੱਪ ਸਾਡੇ ਕੋਲ ਆਇਆ, ਕਹਿੰਦੇ ਕਿ ਵੀ ਅਸੀਂ ਜੂਨ 84 ਦਾ ਜਿਹੜਾ ਐਨੀਵਰਸਰੀ ਹੈਗੀ ਅਸੀਂ ਮਨਾਉਣ ਦੀ ਕੋਸ਼ਿਸ਼ ਕੀਤੀ, ਅਤੇ ਸਾਡੇ ਹਿਸਟਰੀ ਟੀਚਰ ਨੇ ਕਿਹਾ ਕਿ ਵੀ ਸਾਰਾ ਪ੍ਰੋਪਾਗੈਂਡਾ ਤੁਹਾਡਾ, ਕਿ ਵੀ ਤੁਹਾਡੇ ਨਾਲ ਕੁਛ ਨਹੀਂ ਹੋਇਆ, ਕਿ ਵੀ ਤੁਸੀਂ ਭਾਵੇਂ ਆਪਣੇ ਟੈਂਪਲ ਤੋਂ ਜਿਹੜਾ ਮਰਜ਼ੀ ਪ੍ਰੋਪਾਗੈਂਡਾ ਲੈ ਆਓ ਇੱਥੇ, ਮੈਂ ਨਹੀਂ ਮੰਨੂੰਗਾ। ਅੱਛਾ। ਸੋ ਉਹਨਾਂ ਨੇ ਚੁੱਪ ਕਰਕੇ ਇਹ ਗੱਲ ਸਹਿਣ ਨਹੀਂ ਕੀਤੀ, ਸਾਡੇ ਨਾਲ ਸੰਪਰਕ ਕੀਤਾ, ਅਸੀਂ ਉਸ ਹਾਈ ਸਕੂਲ ਟੀਚਰ ਦੇ ਪ੍ਰਿੰਸੀਪਲ ਨਾਲ ਗੱਲ ਕੀਤੀ, ਉਸ ਨੂੰ ਐਜੂਕੇਸ਼ਨ ਦਿਵਾਈ, ਉਸ ਤੋਂ ਮਾਫ਼ੀ ਵੀ ਮੰਗਾਈ। ਸੋ ਹਰੇਕ ਜਿਹੜੀ ਚੇਂਜ ਸਾਡੀ ਸੋਸਾਇਟੀ ਜਿਹੜੀ ਆ ਸਕਦੀ ਆ ਉਹ ਇੱਕ ਆਵਾਜ਼ ਉਠਾਉਣ ਤੋਂ ਬਾਅਦ ਹੀ ਹੋਊ, ਜੇ ਆਪਾਂ ਨਜ਼ਰਅੰਦਾਜ਼ ਕਰਦੇ ਹਾਂ ਫਿਰ ਕਦੇ ਚੇਂਜ ਨਹੀਂ ਆ ਸਕਦੀ। ਬੜੀ ਮਿਹਰਬਾਨੀ ਤੁਸੀਂ ਸਾਡੇ ਸਟੂਡੀਓ 'ਚ ਆਏ, ਗਰੇਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਇਸੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਨਸਲੀ ਹਿੰਸਾ ਨਸਲੀ ਵਿਤਕਰੇ ਸਪੈਸ਼ਲ, ਜਿਹੜੀ ਐਡਮਿੰਟਨ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਦੇ ਵਿੱਚ ਇਹ ਘਟਨਾ ਵਾਪਰੀ ਉਹਦੇ ਸੰਬੰਧ ਦੇ ਵਿੱਚ ਸੀ, ਪਰ ਅਸੀਂ ਓਵਰਆਲ ਇਸ ਪ੍ਰੋਸਪੈਕਟਿਵ ਦੇ ਉੱਤੇ ਨਜ਼ਰ ਮਾਰਨ ਦੀ ਕੋਸ਼ਿਸ਼ ਕੀਤੀ ਕਿ ਕਿਹੜੀਆਂ ਕਿਹੜੀਆਂ ਕੋਸ਼ਿਸ਼ਾਂ ਹੋ ਸਕਦੀਆਂ ਨੇ ਇਸ ਨਸਲੀ ਹਿੰਸਾ ਨੂੰ, ਇਸ ਨਸਲੀ ਵਿਤਕਰੇ ਨੂੰ ਬਚਾਉਣ ਵਾਸਤੇ। ਇਹਦੇ 'ਚ ਬਹੁਤ ਸਾਰੇ ਗੁਰਦੁਆਰਿਆਂ ਦਾ, ਧਾਰਮਿਕ ਸਥਾਨਾਂ ਦਾ, ਔਰ ਨਾਲ ਨਾਲ ਜਥੇਬੰਦੀਆਂ ਦੇ ਰੋਲ ਦੀ ਗੱਲਬਾਤ ਕੀਤੀ ਗਈ, ਔਰ ਅੰਤ ਦੇ ਵਿੱਚ ਇੰਡੀਵਿਜੁਅਲਸ ਦੀ ਵੀ ਗੱਲਬਾਤ ਕੀਤੀ ਗਈ। ਅਸੀਂ ਆਪਣੇ ਆਪ ਵੀ ਇੱਕ ਸੰਸਥਾ ਦੇ ਰੂਪ 'ਚ ਅੱਗੇ ਆ ਸਕਦੇ ਹਾਂ, ਸਾਡੇ ਨਾਲ ਬਹੁਤ ਸਾਰੇ ਲੋਕ ਸਾਨੂੰ ਰੋਜ਼ਾਨਾ ਮਿਲਦੇ ਨੇ ਜਿਹੜੇ ਸਾਨੂੰ ਸਵਾਲ ਕਰਦੇ ਨੇ, ਸਾਨੂੰ ਇੰਨਾ ਕੁ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੇ ਸਵਾਲਾਂ ਦਾ ਜਵਾਬ ਵੀ ਦੇ ਸਕੀਏ, ਔਰ ਅਸੀਂ ਬਹੁਤ ਸਾਰੇ ਸਾਡੇ ਕੋਵਰਕਰ ਨੇ ਜਿਹੜੇ ਸਾਨੂੰ ਵਾਰ ਵਾਰ ਸਵਾਲ ਪੁੱਛਦੇ ਨੇ, ਸਾਨੂੰ ਉਹਨਾਂ ਨੂੰ ਵੀ ਆਪਣੇ ਧਰਮ ਤੋਂ, ਆਪਣੀ ਦਿੱਖ ਤੋਂ, ਆਪਣੀ ਪਛਾਣ ਤੋਂ ਜਾਗਰੂਕ ਕਰਵਾਏ ਜਾਣ ਦੀ ਲੋੜ ਹੈ। ਔਰ ਜੇ ਇਸ ਤਰੀਕੇ ਵੱਖ ਵੱਖ ਲੈਵਲਸ ਦੇ ਉੱਤੇ ਅਵੇਅਰਨੈਸ ਔਰ ਐਜੂਕੇਸ਼ਨ ਬਾਹਰ ਜਾਂਦੀ ਹੈ ਤਾਂ ਹੋ ਸਕਦਾ ਹੈ, ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਸਲੀ ਵਿਤਕਰਾ ਜਿਹੜਾ ਉਹ ਘੱਟ ਸਕੇ। ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ ਸਾਨੂੰ ਆਪਣੀ ਫੀਡਬੈਕ ਈਮੇਲ ਜ਼ਰੀਏ ਜ਼ਰੂਰ ਭੇਜ ਸਕਦੇ ਹੋ। ਅਗਲੇ ਹਫ਼ਤੇ ਕਿਸੇ ਹੋਰ ਵਿਸ਼ੇ ਦੇ ਉੱਤੇ ਸਾਡੀ ਗੱਲਬਾਤ ਹੋਏਗੀ, ਤਦ ਤੱਕ ਲਈ ਦੇ ਦਿਓ ਆ ਗਿਆ, ਨਮਸਕਾਰ, ਸਤਿ ਸ਼੍ਰੀ ਅਕਾਲ, ਖੁਦਾ ਹਾਫਿਜ਼।